ਜਦੋਂ ਘੇਰਾ ਪਾਇਆ ਸਿੰਘਾਂ ਨੇ ਜਸਪਤ ਰਾਏ ਨੂੰ ਆਖਿਆ, ਵੇਖ ਜਸਪਤ ਰਾਏ, ਤੇਰਾ ਸਾਡਾ ਕੋਈ ਵੈਰ ਨਹੀਂ, ਖਾਲਸੇ ਦਾ ਵੈਰ ਹੈ ਜ਼ਾਲਮਾਂ ਨਾਲ, ਜਿਹੜੇ ਜ਼ੁਲਮ ਕਰਨ ਵਾਲੇ ਇਸ ਵਕਤ ਮੌਕੇ ਦੇ ਹਾਕਮ ਤੁਰਕ ਹੈ, ਅਸੀਂ ਉਹਨਾਂ ਨਾਲ ਜੰਗ ਯੁੱਧ ਕਰਦੇ ਚੰਗੇ ਲੱਗਦੇ ਹਾਂ, ਤੂੰ ਖੱਤਰੀ ਹੈ ਹਿੰਦੂ ਹੈ ਠੀਕ ਹੈ, ਤੈਨੂੰ ਇੱਕ ਜਰਨੈਲੀ ਮਿਲੀ ਹੈ ਮੁਗਲਾਂ ਦੇ ਰਾਜ ਵਿੱਚ, ਤੂੰ ਆਪਣੀ ਨਿਗਰਾਨੀ ਕਰ, ਡਿਊਟੀ ਨਿਭਾ, ਪਰ ਇਹ ਕੋਝਾ ਕਰਮ ਨਾ ਕਰ, ਸਾਨੂੰ ਘੇਰਾ ਨਾ ਪਾ, ਛੋਟੇ ਛੋਟੇ ਬੱਚੇ ਹੈ, ਬੀਬੀਆਂ ਹਨ, ਸਿੰਘ ਹਨ, ਨਾਲ ਬਜ਼ੁਰਗ ਹੈ, ਇਸ ਕਰਕੇ ਸਾਨੂੰ ਦਰਸ਼ਨ ਕਰਨ ਜਾਣ ਦਿਓ। ਪਰ ਜਸਪਤ ਰਾਏ ਮੰਨਿਆ ਨਹੀਂ, ਸਿੰਘਾਂ 'ਤੇ ਹਮਲਾ ਕਰ ਦਿੱਤਾ, ਵੇਖਦਿਆਂ ਵੇਖਦਿਆਂ ਕੁਝ ਛੋਟੇ ਛੋਟੇ ਬੱਚੇ ਸ਼ਹੀਦ ਕਰ ਦਿੱਤੇ, ਬੀਬੀਆਂ, ਬਜ਼ੁਰਗ, ਮਾਤਾਵਾਂ। ਤਾਂ ਭਾਈ ਨਿਬਾਹੂ ਸਿੰਘ ਜੀ ਜੋ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਭਤੀਜੇ ਸਨ, ਉਹ ਬੜੇ ਸੂਰਬੀਰ ਬਾਂਕੇ ਯੋਧੇ ਬਹਾਦਰ ਸਨ, ਨਾਮ ਬਾਣੀ ਦੇ ਰੰਗ ਵਿੱਚ ਰੱਤੀ ਹੋਈ ਆਤਮਾ ਸੀ, ਔਰ ਆਕਾਸ਼ੀ ਬਿਜਲੀ ਨਾਲੋਂ ਵੀ ਫੁਰਤੀਲਾ ਉਹਨਾਂ ਦਾ ਪਵਿੱਤਰ ਸਰੀਰ ਸੀ। ਉਹਨਾਂ ਨੇ ਦੇਖਿਆ ਕਿ ਜਸਪਤ ਰਾਏ ਨੇ ਤਾਂ ਸਾਰੇ ਸਿੰਘ ਹੀ ਸ਼ਹੀਦ ਕਰ ਦੇਣੇ ਆ। ਉਹ ਬੜੀ ਫੁਰਤੀ ਨਾਲ ਜਸਪਤ ਰਾਏ ਹਾਥੀ ਦੇ ਉੱਤੇ ਚੜ੍ਹ ਕੇ ਅਹੁਦੇ ਵਿੱਚ ਬੈਠਾ ਤੀਰ ਛੱਡ ਛੱਡ ਕੇ ਸਿੰਘਾਂ ਨੂੰ ਨਿਸ਼ਾਨੇ ਬਣਾ ਰਿਹਾ ਸੀ। ਉਹਨਾਂ ਨੇ ਪੂਛ ਪਕੜ ਕੇ ਆਕਾਸ਼ੀ ਬਿਜਲੀ ਦੀ ਤਰ੍ਹਾਂ ਉੱਤੇ ਚੜ੍ਹੇ ਔਰ ਤਲਵਾਰ ਨਾਲ ਇੱਕੋ ਵਾਰ ਕਰਕੇ ਸਿਰ ਲਾ ਕੇ ਖਰਬੂਜੇ ਦੀ ਤਰ੍ਹਾਂ ਭੁੰਡੇ ਸਿੱਟ ਦਿੱਤਾ ਜਸਪਤ ਰਾਏ ਦਾ। ਔਰ ਉਸ ਵਕਤ ਸਾਰੇ ਜਿੰਨੇ ਸਿਪਾਹੀ ਸਨ ਉਹ ਭੱਜ ਗਏ। ਸਿੰਘ ਉਸ ਘੇਰੇ ਵਿੱਚੋਂ ਨਿਕਲ ਕੇ ਰੋੜੀ ਸਾਹਿਬ ਗਏ, ਦਰਸ਼ਨ ਕੀਤੇ, ਨਮਸਕਾਰ ਕੀਤੀ, ਔਰ ਵਾਪਸ ਆਪੋ ਆਪਣੇ ਟਿਕਾਣਿਆਂ ਜੰਗਲਾਂ ਬੇਲਿਆਂ ਵਿੱਚ ਚਲੇ ਗਏ। ਪਤਾ ਸੀ ਕਿ ਇਹਨਾਂ ਨੇ ਹੁਣ ਬਹੁਤ ਜ਼ਿਆਦਾ ਖਾਲਸੇ 'ਤੇ ਅੱਤਿਆਚਾਰ ਕਰਨਾ ਹੈ। ਸਿਪਾਹੀ ਜ਼ਾਲਮ ਜਸਪਤ ਰਾਏ ਦਾ ਸਿਰ ਲੈ ਕੇ ਲਾਹੌਰ ਦਰਬਾਰ ਵਿੱਚ ਆਏ। ਲਖਪਤ ਰਾਏ ਨੇ ਜਦੋਂ ਆਪਣੇ ਭਰਾ ਦੀ ਮਰੇ ਹੋਏ ਦੀ ਖਬਰ ਸੁਣੀ ਨਾ, ਤਾਂ ਯਹੀਆ ਖਾਨ ਦੇ ਦਰਬਾਰ ਵਿੱਚ ਜਾ ਕੇ ਆਪਣੀ ਪੱਗ ਲਾਹ ਕੇ ਉਹਦੇ ਪੈਰਾਂ ਵਿੱਚ ਰੱਖ ਦਿੱਤੀ, ਕਹਿਣ ਲੱਗਾ, ਮੈਂ ਤੁਹਾਡੇ ਹੁੰਦਿਆਂ ਇਹ ਪ੍ਰਣ ਕਰਦਾ ਕਿ ਜਿੰਨਾ ਚਿਰ ਇਸ ਧਰਤੀ ਤੋਂ ਸਿੱਖਾਂ ਦਾ ਖੁਰਾ ਖੋਜ ਨਹੀਂ ਮਿਟਾ ਲੈਂਦਾ, ਉਨਾ ਚਿਰ ਇਹ ਪੱਗ ਦੁਬਾਰਾ ਆਪਣੇ ਸਿਰ 'ਤੇ ਨਹੀਂ ਰੱਖਾਂਗਾ। ਯਹੀਆ ਖਾਂ ਇਹੀ ਕੁਝ ਚਾਹੁੰਦਾ ਸੀ। ਉਸ ਵਕਤ ਯਹੀਆ ਖਾਂ ਨੂੰ ਲੱਖਾਂ ਦੀ ਫੌਜ, ਅਸਲੇ ਦਾ ਜ਼ਖੀਰਾ, ਧਨ ਦੇ ਭੰਡਾਰ ਖੋਲ੍ਹ ਦਿੱਤੇ ਗਏ। ਜਦੋਂ ਲਾਹੌਰ ਦੇ ਸਿੱਖਾਂ ਨੂੰ ਪਤਾ ਲੱਗਾ, ਦੀਵਾਨ ਕੌੜਾ ਮੱਲ ਜੀ ਨੂੰ ਵੀ ਪਤਾ ਲੱਗਾ, ਉਹਨਾਂ ਨੇ ਲਖਪਤ ਰਾਏ ਨੂੰ ਮਿਲ ਕੇ ਸਮਝਾਇਆ ਕਿ ਦੇਖ ਲਖਪਤ ਰਾਏ, ਸਿੱਖ ਆਪਣੇ ਭਰਾ ਹੈ, ਇੰਨਾ ਅੱਤਿਆਚਾਰ ਨਾ ਸਿੱਖਾਂ 'ਤੇ ਕਰ, ਠੀਕ ਹੈ ਤੇਰੇ ਭਰਾ ਨੂੰ ਸਿੱਖਾਂ ਨੇ ਮਾਰਿਆ, ਪਰ ਤੇਰੇ ਭਰਾ ਦਾ ਵੀ ਕਸੂਰ ਸੀ ਕਿ ਨਿਰਦੋਸ਼ ਸਿੱਖਾਂ ਨੂੰ ਉਹਨੇ ਆਪਣੇ ਜ਼ੁਲਮ ਦਾ ਨਿਸ਼ਾਨਾ ਬਣਾਇਆ। ਪਰ ਲਖਪਤ ਰਾਏ ਕਿੱਥੋਂ ਮੰਨਣ ਵਾਲਾ ਸੀ, ਬਹੁਤ ਸਮਝਾਉਣ ਦੇ ਬਾਵਜੂਦ ਵੀ ਜਦੋਂ ਨਾ ਹਟਿਆ, ਦੀਵਾਨ ਜੀ ਦੀਵਾਨ ਕੌੜਾ ਮੱਲ ਜੀ ਨੇ ਵੀ ਬਹੁਤ ਸਮਝਾਉਣ ਦਾ ਯਤਨ ਕੀਤਾ ਪਰ ਨਹੀਂ ਮੰਨਿਆ। ਉਸ ਵਕਤ ਲਾਹੌਰ ਵਿੱਚ ਜਿੱਥੇ ਜਿੱਥੇ ਕੋਈ ਸਿੱਖਾਂ ਦੇ ਪਰਿਵਾਰ ਬੈਠੇ ਸਨ,
ਗਲੀਆਂ ਬਾਜ਼ਾਰਾਂ ਦੇ ਵਿੱਚੋਂ ਲੱਭ ਲੱਭ ਕੇ ਇਸ ਪਾਪੀ ਨੇ ਫੌਜ ਨਾਲ ਲੈ ਕੇ ਸਿੱਖਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ।